ਪੰਜਾਬ ਹੈਰੀਟੇਜ ਦਾਸਤਾਨ ਦੇ ਵਿੱਚ ਮੈਂ ਅਗਰ ਜਨਰਲ ਹਰੀ ਸਿੰਘ ਨੱਲਾ ਦਾ ਨਾਮ ਨਹੀਂ ਲੈਂਦਾ ਤਾਂ ਹਿਸਟਰੀ ਮੁਕੰਮਲ ਨਹੀਂ ਹੁੰਦੀ ਹੈ। ਪੰਜਾਬ ਦਾ ਸੂਰਮਾ ਗੁਜਰਾਂਵਾਲਾ ਤੋਂ ਉੱਠਦਾ ਹੈ ਔਰ ਜਾ ਕੇ NWF KPK ਔਰ ਨੌਰਥ ਵੈਸਟ ਪੰਜਾਬ ਨੂੰ ਕੰਕਰਟ ਕਰਦਾ ਹੋਇਆ ਪਹੁੰਚਦਾ ਕਟਾਸ ਰਾਜ ਦੇ ਵਿੱਚ। ਕਟਾਸ ਰਾਜ ਦੇ ਵਿੱਚ ਜਿਸ ਵੇਲੇ ਉਹ ਪਹੁੰਚਦਾ ਹੈ ਤਾਂ ਇੱਥੇ ਦਿਫਾਈ ਅਮੂਰ ਨੂੰ ਸਰਅੰਜਾਮ ਦੇਣ ਵਾਸਤੇ ਉਹਦੀ ਇੱਕ ਰੈਜੀਡੈਂਸੀ ਵੀ ਬਣਾਈ ਗਈ ਹੈ ਜਿਹਨੂੰ ਕਿ ਹਵੇਲੀ ਜਨਰਲ ਹਰੀ ਸਿੰਘ ਨਲਵਾ ਵੀ ਕਿਹਾ ਗਿਆ ਔਰ ਇਹਦੀਆਂ 4 ਚੌਕੀਆਂ ਵੀ ਇੱਥੇ ਮੌਜੂਦ ਨੇ। ਐਡਮਿਨਿਸਟ੍ਰੇਟਿਵ ਆਫਿਸ ਵੀ ਮੌਜੂਦ ਹੈ ਜਿਹੜਾ ਕਿ ਅੱਜ ਤੱਕ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਹੈ। ਇਹ ਹਵੇਲੀ ਦਾ ਤੁਸੀਂ ਮੇਨ ਗੇਟ ਦੇਖੋ ਔਰ ਇਹਦੀ ਖੂਬਸੂਰਤੀ ਦੇਖੋ। ਅੱਜ ਦੀ ਚੱਕਾ ਚੌਂਕ ਜਿਹੜਾ ਆਪਣੇ ਆਲ ਬੰਦੇ ਨੂੰ ਖਿੱਚਦੀ ਹੈ। ਇਹਦੇ ਅੰਦਰ ਦੁਨੀਆ ਦਾ ਪਹਿਲਾ ਹਰੀ ਸਿੰਘ ਨਲਵਾ ਮਿਊਜ਼ੀਅਮ ਜਿਹੜਾ ਉਹ ਬਣਾਇਆ ਜਾ ਰਿਹਾ, ਉਹ ਅਨਕੰਪਲੀਟ ਹੈ ਜਿਹਦਾ ਕਰਕੇ ਹਵੇਲੀ ਨੂੰ ਲੌਕ ਕੀਤਾ ਗਿਆ ਹੈ। ਮੈਂ ਥੋੜ੍ਹਾ ਜਿੰਨਾ ਤੁਹਾਨੂੰ ਹੋਰ ਦੱਸਦਾ ਚਾਹਾਂ ਕਿ ਜਨਰਲ ਹਰੀ ਸਿੰਘ ਨਲਵਾ ਨੇ ਇਸ ਮੁਸ਼ਕਿਲ ਤਰੀਨ ਇਲਾਕੇ ਨੂੰ ਕੰਟਰੋਲ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਆਰਡਰ ਕੀਤਾ ਸੀ ਕਿ ਵੀ ਜਨਰਲ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ ਕਿ ਉੱਥੇ ਜਾਓ ਔਰ ਜਾ ਕੇ ਜਿਹੜਾ ਕਿ ਉੱਥੇ ਦਫਾਈ ਚੌਕੀਆਂ ਕੈਂਪ ਕਰੋ ਔਰ ਹਵੇਲੀ ਆਪਣੇ ਨਾਮ ਦੀ ਬਣਾਓ ਜਿੱਥੇ ਕਿ ਤੁਸੀਂ ਗਾਏ ਬਗਾਏ ਜਾ ਕੇ ਚੱਕਰ ਲਾਓ ਔਰ ਜਾ ਕੇ ਉੱਥੇ ਰਿਹਾ ਕਰੋ। ਸੋ ਇਹ ਹਵੇਲੀ ਜਿਹੜੀ ਹੈ ਉਸ ਵੇਲੇ ਵਜੂਦ ਦੇ ਵਿੱਚ ਆਈ ਹੈ। ਇਹਦੇ 'ਚ 12 ਕਮਰੇ ਮੌਜੂਦ ਨੇ ਜਿਹਦੇ 'ਚ ਰੈਜੀਡੈਂਸ ਅਪਾਰਟਮੈਂਟ ਨੇ, ਛੋਟਾ ਜਿਹਾ ਆਫਿਸ ਹੈ ਉਹਨਾਂ ਦਾ, ਫਿਰ ਉਸ ਤੋਂ ਬਾਅਦ ਬਾਰਾਦਰੀ ਟਾਈਪ ਜਿਹੜੀ ਹੈ ਚਾਰੋਂ ਤਰਫ ਜਿਹੜਾ ਇਹਨਾਂ ਦਾ ਕੋਰਟਯਾਰਡ ਬਣਿਆ ਹੋਇਆ ਹੈ। ਬੜੀ ਖੂਬਸੂਰਤ ਹਵੇਲੀ ਬਣੀ ਹੋਈ ਹੈ ਔਰ 2005 ਤੋਂ ਬਾਅਦ ਗਵਰਨਮੈਂਟ ਆਫ ਪਾਕਿਸਤਾਨ ਨੇ ਇਹਨੂੰ ਰੈਨੋਵੇਟ ਕੀਤਾ ਹੈ। ਗੱਲ ਹੋ ਰਹੀ ਸੀ ਪੰਜਾਬ ਰਾਜ ਦੀ, ਖਾਲਸਾ ਰਾਜ ਦੀ ਗੱਲ ਹੋ ਰਹੀ ਸੀ, ਪੰਜਾਬ ਹੈਰੀਟੇਜ ਦਾਸਤਾਨ ਦੀ ਗੱਲ ਹੋ ਰਹੀ ਸੀ ਕਿ ਕਿਵੇਂ ਇਹਨਾਂ ਚੀਜ਼ਾਂ ਨੂੰ ਜਿਹੜਾ ਯੂਟੀਲਾਈਜ਼ ਕੀਤਾ ਗਿਆ। ਕਦੇ ਇੱਥੇ ਆ ਕੇ ਅਲ ਬੈਰੂਨੀ ਜਿਹੜਾ ਉਹ ਆਉਂਦਾ ਹੈ ਔਰ ਇੱਥੇ ਬੈਠ ਕੇ ਜ਼ਮੀਨ ਦਾ ਕਦਰ ਮਾਪਦਾ ਹੈ ਔਰ ਰੇਡੀਅਸ ਕੱਢਦਾ ਜ਼ਮੀਨ ਦਾ ਕਿ ਜ਼ਮੀਨ ਦਾ ਵਿਚਕਾਰ ਕਿੱਥੇ ਹੈ। ਔਰ ਹਿੰਦੂ ਜਿਹੜੇ ਲੋਕ ਨੇ ਉਹਨਾਂ ਨੇ ਇਹਨੂੰ ਵਿਦਿਆ ਸਾਗਰ ਕਿਹਾ ਕਿ ਸਮੁੰਦਰ ਹੈ ਇਲਮ ਦਾ। ਅਲ ਬੈਰੂਨੀ ਦੇ ਮੁਤਲਿਕ ਜਨਰਲ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਦੇ ਉੱਤੇ ਇਹ ਚੌਕੀਆਂ ਜਿਹੜੀਆਂ ਨੇ ਤਾਮੀਰ ਕੀਤੀਆਂ। ਇਹਦੇ ਨਾਲ ਦੀਆਂ 4 ਚੌਕੀਆਂ ਜਿਹੜੀਆਂ ਨੇ ਉਹ ਕਟਾਸ ਰਾਜ ਦੇ ਵਿੱਚ ਦਿਫਾਈ ਲਿਹਾਜ਼ ਦੇ ਨਾਲ ਤਾਮੀਰ ਕੀਤੀਆਂ ਗਈਆਂ। ਮੈਂ ਦਿਫਾਈ ਸਟ੍ਰੈਟਜੀ ਜਿਹੜੀ ਹੈ ਮੈਂ ਉਹਦੀ ਤੁਹਾਨੂੰ ਮੈਂ ਦੱਸਦਾ ਚਾਹੁੰਦਾ ਵਾਂ। ਖਾਲਸਾ ਰਾਜ ਤੋਂ ਬਾਅਦ ਇਹ ਐਡਮਿਨਿਸਟ੍ਰੇਟਿਵ ਆਫਿਸ ਜਿਹੜਾ ਉਹ ਬ੍ਰਿਟਿਸ਼ ਰਾਜ ਦਾ ਵੀ ਰਿਹਾ। ਇੱਥੋਂ ਲੋਕਾਂ ਕੋਲੋਂ ਟੈਕਸਟੇਸ਼ਨ ਐਕਸਾਈਜ਼ ਦੇ ਮਾਮਲਾ ਜਿਹੜੇ ਨੇ ਇੱਥੇ ਬੈਠ ਕੇ ਉਹ ਡੀਲ ਕੀਤੇ ਜਾਂਦੇ ਸਨ। ਕਿਵੇਂ ਇੱਥੇ ਆਪਣਾ ਅਸਰ ਰਸੂਖ ਜਿਹੜਾ ਸੀ ਪੰਜਾਬ ਦੇ ਵਿੱਚ ਪੰਜਾਬ ਰਾਜ ਨੇ ਜਾਂ ਖਾਲਸਾ ਰਾਜ ਨੇ ਵਧਾਇਆ ਉਹ ਸਾਰਾ ਮੈਂ ਤੁਹਾਨੂੰ ਦੱਸਦਾ ਚਾਹੁੰਦਾ ਵਾਂ। ਅਗਰ ਤੁਸੀਂ ਇਹ ਗੱਲ ਕਰਦੇ ਹੋ ਆਰਕੀਟੈਕਚਰ ਦੀ, ਆਰਕੀਟੈਕਚਰ ਜਿਹੜਾ ਤੁਹਾਨੂੰ 3 ਤਰਫ ਜਿਹੜਾ ਉਹ ਨਜ਼ਰ ਆਉਂਦੀਆਂ ਨੇ, 3 ਦਰੀਆਂ ਨਜ਼ਰ ਆਉਂਦੀਆਂ ਨੇ, ਇੱਧਰੋਂ 2 ਦਰੀਆਂ ਬੰਦ ਨੇ। ਉਹੀ ਸੇਮ ਸਟਾਈਲ ਹੈ ਪੰਜਾਬੀ ਆਰਕੀਟੈਕਚਰ ਦਾ ਜਿਹਨੂੰ ਕਿ 12 ਦਰੀ ਆਰਕੀਟੈਕਚਰ ਕਿਹਾ ਜਾਂਦਾ। ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਫੇਵਰੇਟ ਜਿਹੜਾ ਸੀ ਉਹ ਆਰਕੀਟੈਕਚਰ ਸੀ ਜਿਹੜਾ ਕਿ 12 ਦਰੀ। ਇਹਨਾਂ ਨੇ ਗੁਰਦੁਆਰੇ ਵੀ ਜਿਹੜੇ ਬਣਵਾਏ ਉਹਨਾਂ ਦੇ ਉੱਤੇ ਵੀ 12 ਦਰੀਆਂ ਬਣਵਾਈਆਂ, ਉਹਨਾਂ ਦੇ ਥੱਲੇ ਵੀ 12 ਦਰੀਆਂ ਬਣਵਾਈਆਂ ਔਰ ਉਹਨਾਂ ਦੇ ਸਪਰਿੰਗ ਰੈਜੀਡੈਂਸ ਜਿੰਨੇ ਵੀ ਸਨ, ਸਮਰ ਰੈਜੀਡੈਂਸ ਜਿੰਨੇ ਵੀ ਸਨ, ਅਗਰ ਉਹਨਾਂ ਦੀ ਤੁਸੀਂ ਅੱਜ ਵੀ ਤੁਸੀਂ ਦੇਖੋ ਤਾਂ ਤੁਹਾਨੂੰ ਉਹ 12 ਦਰੀਆਂ ਜਿਹੜੀਆਂ ਨੇ ਉਹਦੇ ਵਿੱਚ ਮਿਲੀਆਂ ਨੇ। ਗੱਲ ਹੋ ਰਹੀ ਸੀ ਦਫਾਈ ਤਦਬੀਰ ਦੀ, ਯਾਨੀ ਕਿ ਪੰਜਾਬ ਦੇ ਉੱਤੇ 48 ਈਅਰਸ ਤੱਕ 48 ਸਾਲ ਤੱਕ ਆਪਣਾ ਰਾਜ ਬਣਾਏ ਰੱਖਣਾ। ਇੱਕ ਮੁੱਠੀ ਭਰ ਲੋਕ ਉੱਠਦੇ ਨੇ ਔਰ ਜਾ ਕੇ ਪੰਜਾਬ ਦੇ ਉੱਤੇ ਆਪਣਾ ਰਾਜ ਬਣਾ ਲੈਂਦੇ ਨੇ ਔਰ ਤਕਰੀਬਨ ਅੱਧੀ ਸੈਂਚਰੀ ਤੱਕ ਉਹ ਅੱਧੀ ਸਦੀ ਤੱਕ ਜਿਹੜਾ ਰਾਜ ਚੱਲਦਾ ਉਹਦੇ ਕੀ ਵਜੂਹਾਤ ਸਨ, ਕਿਸ ਤਰੀਕੇ ਨਾਲ ਉਹ ਕਾਮਯਾਬੀਆਂ ਹਾਸਿਲ ਕੀਤੀਆਂ ਗਈਆਂ, ਕਿਸ ਤਰ੍ਹਾਂ ਜਿਹੜੇ ਫੋਰਨਰ ਜਨਰਲ ਸੀ ਉਹਨਾਂ ਨੂੰ ਪੰਜਾਬੀ ਆਰਮੀਆਂ ਦੇ ਵਿੱਚ ਲਿਆਇਆ ਗਿਆ ਔਰ ਉਹਨਾਂ ਨੂੰ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਿਕਿਉਰਿਟੀ ਦੇ ਨਿਜ਼ਾਮਾਂ ਦਿੱਤੇ ਗਏ। ਇਹ ਤੁਸੀਂ ਦੇਖੋ
ਇਹ ਤਕਰੀਬਨ 3 ਫੁੱਟ ਤੋਂ ਜ਼ਿਆਦਾ ਮੋਟੀ ਦੀਵਾਰ ਹੈ ਔਰ ਇਹਦੇ ਅੰਦਰ ਪੂਰੀ ਥੱਲੋਂ ਆਉਣ ਵਾਲੇ ਦਾ ਗਨ ਐਂਗਲ ਹੈ ਕਿ ਕਿਸ ਤਰ੍ਹਾਂ ਐਂਗਲ ਲਿਆ ਜਾਂਦਾ ਸੀ। ਵੱਡੀ ਛੋਟੀ ਉਸ ਤੋਂ ਥੋੜ੍ਹਾ ਦੂਰ ਨਾ, ਅਗਰ ਵੱਡਾ ਦੇਖੋ ਤੇ ਹਰ 6 ਫੁੱਟ ਦੇ ਫਾਸਲੇ ਤੋਂ ਸੇਮ ਲਾਈਕ ਲਾਹੌਰ ਫੋਰਟ ਦੀ ਜਿਹੜੀ ਦੀਵਾਰ ਹੈ ਜਿਹਦਾ ਦਿਫਾਈ ਨੁਕਤਾ ਨਜ਼ਰ ਦੇ ਨਾਲ ਤਾਮੀਰ ਕੀਤੀ ਗਈ ਸੀ, ਸੇਮ ਉਸੀ ਤਰ੍ਹਾਂ ਇਹ ਜਿਹੜੀ ਚੌਕੀ ਜਿਹੜੀ ਹੈ ਜਿਹਨੂੰ ਕਿ ਮੈਂ ਦਿਫਾਈ ਚੌਕੀ ਕਹਿ ਰਿਹਾ ਵਾਂ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਦੇ ਉੱਤੇ ਕਟਾਸ ਰਾਜ ਦੀ ਸੇਵਿੰਗ ਵਾਸਤੇ, ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਸਨ, ਇਸ ਵਾਸਤੇ ਇਹ ਜਗ੍ਹਾ ਪਵਿੱਤਰ ਸੀ ਕਿਉਂਕਿ ਸੈਕੂਲਰ ਮਹਾਰਾਜਾ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ, ਕਿ ਉਹਦੇ ਦੌਰ ਦੇ ਵਿੱਚ ਜਿਹੜਾ ਹਰ ਕਿਸੇ ਦਾ ਖਿਆਲ ਰੱਖਿਆ ਜਾਂਦਾ ਹੈ। ਉਹਦੇ ਬਾਰੇ ਮੈਂ ਫਿਰ ਪ੍ਰੋਗਰਾਮ ਕਰਾਂਗਾ, ਲੇਕਿਨ ਫਿਰ ਵਕਤ ਮੈਂ ਤੁਹਾਨੂੰ ਦਫਾਈ ਨੁਕਤਾ ਨਜ਼ਰ ਦੀ ਗੱਲ ਕਰ ਰਿਹਾ ਵਾਂ ਕਿ ਦਫਾਈ ਨੁਕਤਾ ਨਜ਼ਰ ਦੇ ਨਾਲ ਨਾਲ ਇਹ ਦੇਖੋ ਤੁਹਾਨੂੰ ਹਰ 6 ਫੁੱਟ ਤੋਂ ਬਾਅਦ ਜਿਹੜਾ ਇੱਕ ਉੱਤੇ ਔਰ ਇੱਕ ਥੱਲੇ 3 ਫੁੱਟ ਦਾ ਗੈਪ ਦੇ ਕੇ ਉੱਤੋਂ ਔਰ 6 ਫੁੱਟ ਦਾ ਗੈਪ ਦੇ ਕੇ ਥੱਲੋਂ, ਕਿਸ ਤਰੀਕੇ ਨਾਲ ਕਿ 1 ਇੰਚ ਤੋਂ ਵੀ ਬੰਦਾ ਜਿਹੜਾ ਉਹ ਬਚ ਕੇ ਨਹੀਂ ਜਾ ਸਕਦਾ, ਔਰ ਗੰਨਾਂ ਜਿਹੜੀਆਂ ਨੇ ਉਹਨਾਂ ਦੇ ਲੰਬੇ ਦਾਣੇ ਜਿਹੜੇ ਨੇ ਉਹਦੇ ਵਿੱਚ ਉਤਾਰ ਦਿੱਤੇ ਜਾਂਦੇ ਸੀ ਔਰ ਦੁਸ਼ਮਣ ਨੂੰ ਜਿਹੜਾ ਸੀ ਉਹ ਜ਼ੇਰ ਕੀਤਾ ਜਾਂਦਾ ਸੀ। ਗੱਲ ਆਉਂਦੀ ਹੈ ਜਦੋਂ ਵੀ ਪੰਜਾਬੀ ਰਾਜ ਦੀ ਜਾਂ ਪੰਜਾਬ ਹੈਰੀਟੇਜ ਦਾਸਤਾਨ ਦੀ, ਤਾਂ ਫਿਰ ਮੈਂ ਕਹਾਂਗਾ ਕਿ ਇਹ ਬਹੁਤ ਖੁਸ਼ਨਸੀਬੀ ਹੈ ਸਾਡੀ ਕਿ ਅਸੀਂ ਪੰਜਾਬੀ ਜਿਹੜੇ ਹਾਂ ਵੈਲ ਸਿਵਲਾਈਜ਼ਡ ਲੋਕ ਹਾਂ ਔਰ ਅਸੀਂ ਦੁਨੀਆਂ ਦੇ ਐਂਸ਼ੀਅੰਟ ਸਿਵਲਾਈਜੇਸ਼ਨਸ ਦੇ ਵਿੱਚੋਂ।